ਇਹਦੇ ਕੰਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰਾਧ ਪਈ ਪਈ ਹੈ ਪੈਰ ਦਾ ਜਿਹੜਾ ਸੱਜੇ ਪਾਸੇ ਦਾ ਗੁੱਠਾ ਜਿਹੜਾ ਉਹਦਾ ਨਹੁੰ ਤਾਰਿਆ ਪਿਆ ਬਾਬਾ ਜੀ ਦੀ ਦਾੜੀ ਕਿਉਂ ਪੱਟੀ ਇਹਨਾਂ ਦੇ ਕੇਸ ਕਿਉਂ ਪੱਟੇ ਗਏ ਇਹਨਾਂ ਦੀ ਦਸਤਾਰ ਕਿਉਂ ਤਾਰੀ ਗਈ ਹੈ ਗਰੀਬ ਲੋਕਾਂ ਦੇ ਨਾਲ ਜੋ ਅਤਿਆਚਾਰ ਠਾਣਿਆਂ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਹੋ ਰਿਹਾ ਬਿਲਕੁਲ 70 ਸਾਲ ਦੇ ਵਿੱਚ ਇਹ ਬਦਲਾਅ ਨਹੀਂ ਆਇਆ ਜਿਹੜਾ ਬਦਲਾਅ ਹੋਣਾ ਥਾਣਿਆਂ ਦੇ ਵਿੱਚ ਕੋਈ ਸੁਣਵਾਈ ਨਹੀਂ ਦੋ ਦਿਨ ਪਹਿਲਾਂ ਇਹ ਦਰਖਾਸਤ ਦੇ ਕੇ ਨੇ ਅੱਜ ਤੱਕ ਕੋਈ ਸੁਣਵਾਈ ਨਹੀਂ ਪੰਚਾਇਤ ਦੇ ਉੱਪਰ ਦੀ ਹੋ ਕੇ ਇਹਨੂੰ ਬੰਨ ਕੇ ਉਹਨਾਂ ਨੂੰ ਕੀ ਅਧਿਕਾਰ ਸੀ ਕੁੱਟਿਆ ਗਿਆ ਕੁੜੀ ਦੀ ਗਲਤੀ ਆ ਕੁੜੀ ਘਰੇ ਵਾੜ ਲਈ ਮੁੰਡੇ ਦੀ ਗਲਤੀ ਆ ਉਹ ਵਾੜ ਲਿਆ ਅਤੇ ਜਿਹੜਾ ਵਿਚਾਰਾ ਵਿੱਚ ਵਿਚਾਲੇ ਸੀ ਤਾਂ ਕੁੱਟ ਕੁੱਟ ਕੇ ਨਾਸ ਮਾਰਿਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ 92 MLA ਜਿਹੜੇ ਤੁਹਾਨੂੰ ਦਿੱਤੇ ਨੇ ਨਾ ਗਰੀਬ ਲੋਕਾਂ ਨੇ ਦਿੱਤੇ ਨੇ ਇਹਨਾਂ ਗਰੀਬ ਲੋਕਾਂ ਦੀ ਸੁਣਵਾਈ ਕਰ ਲਓ ਇਹਨਾਂ ਲੋਕਾਂ ਨੇ ਨਹੀਂ 24 ਦੇ ਵਿੱਚ ਤੁਹਾਨੂੰ ਅੱਗੇ ਵਾਲਾ ਰਸਤਾ ਵੀ ਦਿਖਾ ਦੇਣਾ ਫਿਰ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਵੀ ਫੜ ਲਓ ਕਹਿੰਦਾ ਵੀ ਇਹਨੂੰ ਫੜ ਲਓ ਇਹਨੂੰ ਨਿਹੰਗ ਸਿੰਘ ਨੂੰ ਇਹਨਾਂ ਤਿੰਨੇ ਜਣਿਆਂ ਨੇ ਮੇਰੇ ਉਸੇ ਟਾਈਮ ਇਹਨਾਂ ਦਾੜੀ ਫੜ ਕੇ ਮੈਨੂੰ ਐਂ ਸਿੱਟ ਲਿਆ ਜੀ ਇਹ ਨਾ ਜੀ ਸਾਡੇ ਕੋਲ ਬਾਬਾ ਜੀ ਜਦੋਂ ਆਏ ਨੇ 17 ਤਰੀਕ ਨੂੰ ਮੇਰੇ ਕੋਲ ਆਫਿਸ ਆਏ ਸੈਂਟਰ ਵਾਲਮਿਕ ਸਭਾ ਇੰਡੀਆ ਦੇ ਮੈਂਬਰ ਵੀ ਨੇ ਇਹ ਕਹਿੰਦੇ ਵੀ ਮੇਰੇ ਮੁੰਡੇ ਨਾਲ ਕੁੱਟਮਾਰ ਹੋਈ ਹੈ ਅਤੇ ਥਾਣੇ ਦੇ ਵਿੱਚ ਦੇ ਰੱਖਿਆ ਮੁੰਡਾ ਚਲੋ ਅਸੀਂ ਕੱਲ੍ਹ 17 ਨੂੰ ਸਾਡੇ ਕੋਲ ਟਾਈਮ ਨਹੀਂ ਸੀਗਾ ਅਸੀਂ ਕਿਸੇ ਮਸਲੇ 'ਚ ਬਾਹਰ ਸੀਗੇ ਫੋਨ 'ਤੇ ਗੱਲ ਹੋਈ ਸੀ ਜਦੋਂ ਕੱਲ੍ਹ ਅਸੀਂ ਜਾ ਕੇ ਦੇਖਿਆ ਤਾਂ ਮੁੰਡਾ ਚੌਂਕੀ ਦੇ ਵਿੱਚ ਸੀਗਾ ਅੱਜ ਅਸੀਂ ਇਹਨੂੰ ਚੌਂਕੀ ਦੇ ਵਿੱਚੋਂ ਲੈ ਕੇ ਆਏ ਹਾਂ ਬਾਬਾ ਜੀ ਦਾ ਡਰਦੇ ਵਿਚਾਰੇ ਪਿੰਡ ਵੀ ਨਹੀਂ ਵੜ ਰਹੇ ਰਿਸ਼ਤੇਦਾਰੀਆਂ 'ਚ ਫਿਰ ਰਹੇ ਨੇ ਤਾਂ ਜਿਹਦੀ ਦੀ ਜਦੋਂ ਹਾਲਤ ਦੇਖੀ ਅਸੀਂ ਨੇ ਫਿਰ ਮੁੰਡੇ ਨੂੰ ਪੁੱਛਿਆ ਮਨੀ ਇਹਦਾ ਮੁੰਡੇ ਦਾ ਨਾਂ ਇਹਦੇ ਕੰਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰਾਧ ਪਈ ਪਈ ਹੈ ਪੈਰ ਦਾ ਜਿਹੜਾ ਸੱਜੇ ਪਾਸੇ ਦਾ ਗੁੱਠਾ ਜਿਹੜਾ ਉਹਦਾ ਨਹੁੰ ਤਾਰਿਆ ਪਿਆ ਪਰ ਸਾਨੂੰ ਜਿਹੜਾ ਉੱਥੋਂ ਪਤਾ ਲੱਗਿਆ ਮੁਲਾਜ਼ਮਾਂ ਵੱਲੋਂ ਵੀ ਕੋਈ ਕੁੜੀ ਦਾ ਮਸਲਾ ਸੀਗਾ ਵੀ ਕੋਈ ਕੁੜੀ ਕਾੜੀ ਗਈ ਹੋਈ ਹੈ ਪਿੰਡ ਦੇ ਵਿੱਚੋਂ ਚਲੋ ਅਸੀਂ ਕਹਿੰਦੇ ਵੀ ਗਲਤ ਗੱਲ ਆ ਸਾਰੇ ਧੀਆਂ ਭੈਣ ਵਾਲਿਆਂ ਜੇ ਕੁੜੀ ਗਈ ਤੀ ਤਾਂ ਪਰਚਾ ਦਿੰਦੇ ਜਿਹੜੇ ਪਿੰਡ ਦੇ ਫੋਕੀ ਚੌਧਰ ਵਾਲੇ ਕਢਾਮ ਚੌਧਰੀ ਸੀ ਉਹਨਾਂ ਨੇ ਕਿਉਂ ਕੁੱਟਿਆ ਇਹਨਾਂ ਨੂੰ ਬਾਬਾ ਜੀ ਦੀ ਦਾੜੀ ਕਿਉਂ ਪੱਟੀ ਇਹਨਾਂ ਦੇ ਕੇਸ ਕਿਉਂ ਪੱਟੇ ਗਏ ਇਹਨਾਂ ਦੀ ਦਸਤਾਰ ਕਿਉਂ ਤਾਰੀ ਗਈ ਹੈ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਗਰੀਬ ਲੋਕਾਂ ਦੇ ਨਾਲ ਜੋ ਅਤਿਆਚਾਰ ਠਾਣਿਆਂ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਹੋ ਰਿਹਾ ਬਿਲਕੁਲ 70 ਸਾਲ ਦੇ ਵਿੱਚ ਇਹ ਬਦਲਾਅ ਨਹੀਂ ਆਇਆ ਜਿਹੜਾ ਬਦਲਾਅ ਹੋਣਾ ਥਾਣਿਆਂ ਦੇ ਵਿੱਚ ਕੋਈ ਸੁਣਵਾਈ ਨਹੀਂ ਦੋ ਦਿਨ ਪਹਿਲਾਂ ਇਹ ਦਰਖਾਸਤ ਦੇ ਕੇ ਨੇ ਅੱਜ ਤੱਕ ਕੋਈ ਸੁਣਵਾਈ ਨਹੀਂ 4 ਦਿਨਾਂ ਬਾਅਦ ਅਸੀਂ ਮੁੰਡਾ ਲੈ ਕੇ ਆਏ ਹਾਂ ਸਾਨੂੰ ਨਹੀਂ ਪਤਾ ਕੀ ਕਾਰਨ ਆ ਜੇ ਅਸੀਂ ਕਹਿੰਦੇ ਗਲਤ ਆ ਕਾਨੂੰਨ ਦੇ ਨਾਲ ਆ ਪਰਚਾ ਦਿੰਦੇ ਅੰਦਰ ਕਰ ਲੈਂਦੇ ਪਰ ਜੋ ਇਹਦੀ ਗੁਰਸਿੱਖ ਬੰਦੇ ਦੀ ਬੇਅਦਬੀ ਕੀਤੀ ਗਈ ਆ ਦਾੜੀ ਪੱਟੀ ਗਈ ਆ ਦਸਤਾਰ ਤਾਰੀ ਗਈ ਆ ਜਾਂ ਇਸ ਬੱਚੇ ਨਾਲ ਗਰੀਬ ਪਰਿਵਾਰ ਦੇ ਮਜ਼ਦੂਰ ਬੱਚੇ ਨਾਲ ਕੁੱਟਮਾਰ ਹੋਈ ਆ ਜਿਹੜੇ ਫੋਕੀ ਚੌਧਰ ਜਮਾਉਣ ਵਾਲੇ ਪਿੰਡਾਂ ਦੇ ਕਢਾਮ ਚੌਧਰੀ ਨੇ ਕਣਕਾਂ ਇਹ ਖਾ ਜਾਂਦੇ ਨੇ ਗਰੀਬ ਲੋਕਾਂ ਦੀਆਂ ਵਜ਼ੀਫੇ ਇਹ ਲੋਕਾਂ ਦੇ ਖਾ ਜਾਂਦੇ ਨੇ ਅਤੇ ਫੋਕੀਆਂ ਚੌਧਰਾਂ ਵਾਸਤੇ ਕਾਂਗਰਸ 'ਚ ਵੀ ਉਹੀ ਅਕਾਲੀਆਂ 'ਚ ਵੀ ਉਹੀ ਅਤੇ ਆਮ ਆਦਮੀ 'ਚ ਵੀ ਉਹੀ ਇਹ 2-4 ਬੰਦੇ ਹੁੰਦੇ ਨੇ ਪਿੰਡ ਦੇ ਫੋਕੀ ਚੌਧਰ ਵਾਲੇ ਜਿਹੜਿਆਂ ਨੇ ਪੰਚਾਇਤ ਦੇ ਉੱਪਰ ਦੀ ਹੋ ਕੇ ਇਹਨੂੰ ਬੰਨ ਕੇ ਉਹਨਾਂ ਨੂੰ ਵੀ ਕੀ ਅਧਿਕਾਰ ਸੀ ਕੁੱਟਿਆ ਗਿਆ ਪੁਲਿਸ ਨੂੰ ਦਿੰਦੇ ਪੁਲਿਸ ਤਫਤੀਸ਼ ਕਰਦੀ ਜੇਕਰ ਇਹ ਮੁੰਡਾ ਗਲਤ ਸੀ ਅਸੀਂ ਬਿਲਕੁਲ ਸਭਾ ਵੱਲੋਂ ਇਹਦੇ ਨਾਲ ਨਹੀਂ ਹੈਗੇ ਪਰਚਾ ਦਿੰਦੇ ਪਰ ਕੁੜੀ ਦੀ ਗਲਤੀ ਆ ਕੁੜੀ ਘਰੇ ਵਾੜ ਲਈ ਮੁੰਡੇ ਦੀ ਗਲਤੀ ਆ ਉਹ ਵਾੜ ਲਿਆ ਅਤੇ ਜਿਹੜਾ ਵਿਚਾਰਾ ਵਿੱਚ ਵਿਚਾਲੇ ਸੀ ਤਾਂ ਕੁੱਟ ਕੁੱਟ ਕੇ ਨਾਸ ਮਾਰਿਆ ਅੱਜ ਮੈਡੀਕਲ ਇਹਦਾ ਜਿਹੜਾ ਸਭਾ ਵੱਲੋਂ ਅਸੀਂ ਇਹਨੂੰ ਦਾਖਲ ਕਰਾਵਾਂਗੇ ਔਰ ਜਿਨ੍ਹਾਂ ਨੇ ਵੀ ਗਲਤ ਕੀਤਾ ਬਾਬਾ ਜੀ ਦੇ ਨਾਲ ਕੇਸਾਂ ਦੇ ਨਾਲ ਬੇਅਦਬੀ ਕੀਤੀ ਆ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦਾ ਉਹਨਾਂ ਜਥੇਬੰਦੀਆਂ ਨੂੰ ਕਿ ਇੱਕ ਗਰੀਬ ਨਾਲ ਜਿਹੜੀ ਕੁੱਟਮਾਰ ਹੋਈ ਆ ਬੇਅਦਬੀ ਕੀਤੀ ਗਿਆ ਵਾਲ ਇਹਦੇ ਹੱਥ 'ਚ ਨੇ ਦਾੜੇ ਦੇ ਜਿਹੜਾ ਉਹਨਾਂ ਨੇ ਦਾੜਾ ਪੱਟਿਆ ਸੋ ਕਿਰਪਾ ਕਰਕੇ ਇਹਨਾਂ ਦੀ ਮਦਦ ਕਰੀਏ ਸਾਰੇ ਰਲ ਕੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ 92 MLA ਜਿਹੜੇ ਤੁਹਾਨੂੰ ਦਿੱਤੇ ਨੇ ਨਾ ਗਰੀਬ ਲੋਕਾਂ ਨੇ ਦਿੱਤੇ ਨੇ ਜਿਹੜੇ ਕੋਠੀਆਂ ਵਾਲੇ ਹੁੰਦੇ ਨੇ ਉਹਨਾਂ 'ਚ ਇੱਕ ਇੱਕ ਬੱਚਾ ਹੁੰਦਾ ਉਹ ਵੀ ਬਾਹਰ ਬੈਠਾ ਹੁੰਦਾ ਇਹੀ ਮਹੱਲਿਆਂ ਦੇ ਵਿੱਚ ਕਬੀਲਿਆਂ ਦੇ ਵਿੱਚ ਵੋਟਾਂ ਪੈਂਦੀਆਂ ਨੇ ਔਰ ਇਹਨਾਂ ਨਾਲ ਜਿਹੜਾ ਤਸੱਦਦ ਖਾਸ ਕਰਕੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਹੋ ਰਿਹਾ ਮਾਨਯੋਗ SSP ਸਾਹਿਬ ਨੂੰ ਬੇਨਤੀ ਹੈ ਕਿ SSP ਸਾਹਿਬ ਤੁਹਾਡੇ ਕੋਲ ਅਸੀਂ ਬਹੁਤ ਵਾਰੀ ਆਏ ਹਾਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਪਰ ਜੋ ਤੁਹਾਡੇ ਥਾਣਿਆਂ ਦੇ ਅਧਿਕਾਰੀ ਨੇ ਚੌਂਕੀਆਂ ਦੇ ਅਧਿਕਾਰੀ ਨੇ ਉਹ ਬਿਲਕੁਲ ਸੁਣਵਾਈ ਨਹੀਂ ਕਰ ਰਹੇ ਔਰ ਅੱਜ ਦੇਖ ਲਓ ਬਲਵੇੜੇ ਚੌਂਕੀ ਦੀ ਦੂਜੀ ਘਟਨਾ ਹੈ ਪਹਿਲਾਂ 16 ਸਾਲ ਦਾ ਮੁੰਡਾ ਕੁੱਟ ਕੇ ਨਜਾਇਜ਼ ਪਰਚਾ ਦਿੱਤਾ ਮਜਾਲ ਪਿੰਡ ਦਾ ਅਤੇ 16 ਸਾਲ ਦੇ ਬੱਚੇ ਨੂੰ ਚੱਕ ਕੇ ਤੁਹਾਡੇ ਨਿਸ਼ਾਨ ਸਿੰਘ ASI ਚੌਂਕੀ ਇੰਚਾਰਜ ਉਹਨੇ ਚੱਕ ਕੇ ਜੇਲ੍ਹ 'ਚ ਭੇਜ ਦਿੱਤਾ ਗਰੀਬ ਬੰਦੇ ਦਾ ਘਰ ਵਿਗਿਆ ਕਿੱਥੇ ਜਾਊਗਾ ਗਰੀਬ ਕਿੱਥੇ ਮਰੂਗਾ ਗਰੀਬ ਇੱਥੇ ਉਰੇ ਨਹੀਂ ਪੁੱਛਾ ਹਸਪੀਟਲਾਂ ਦੇ ਵਿੱਚ ਬਹੁਤ ਹਾਲਾਤ ਮਾੜੇ ਨੇ ਮੇਰੀ ਬੇਨਤੀ ਆ ਕਿ ਨਾ ਗਰੀਬ ਲੋਕਾਂ ਦੀ ਸੁਣਵਾਈ ਕਰ ਲਓ ਇਹਨਾਂ ਲੋਕਾਂ ਨੇ ਨਹੀਂ 24 ਦੇ ਵਿੱਚ ਤੁਹਾਨੂੰ ਅੱਗੇ ਵਾਲਾ ਰਸਤਾ ਵੀ ਦਿਖਾ ਦੇਣਾ ਫਿਰ ਮੇਰਾ ਨਾਮ ਜਸਕਰਨ ਸਿੰਘ ਆ ਜੀ ਪਿੰਡ ਪ੍ਰਤਾਪਗੜ੍ਹਾ ਜੀ ਅਤੇ ਕਾਕਾ ਆਪਣਾ ਜੀ ਗੁਰਦੁਆਰੇ ਸਾਹਿਬ ਗਿਆ ਸੀਗਾ ਜੀ ਮੱਥਾ ਟੇਕਣ ਸਵੇਰੇ 16 ਤਰੀਕ ਨੂੰ ਜੀ ਅਤੇ ਉਹ ਪਿੰਡ ਵਾਲਿਆਂ ਨੇ ਫੜ ਕੇ ਮਤਲਬ ਕਿ ਕੁੱਟਿਆ ਮੰਜੇ 'ਤੇ ਪਾ ਕੇ ਮੁੱਧਾ ਅਤੇ ਬੰਨ ਕੇ ਕੁੱਟ ਰਹੇ ਸੀਗੇ ਸਾਡੇ ਗੁਆਂਢੀਆਂ ਦਾ ਮੁੰਡਾ ਉਹਨੇ ਮੈਨੂੰ ਕਿਹਾ ਕਹਿੰਦਾ ਬਾਬਾ ਜੀ ਤੇ ਲੜਕੇ ਨੇ ਕੁੱਟ ਰਹੇ ਨੇ ਅਤੇ ਮੈਂ ਘਰੋਂ ਗਿਆ ਜੀ ਮੈਂ ਕਿਹਾ ਵੀ ਜੇ ਮੈਂ ਘਰੋਂ ਗਿਆ ਜੀ ਮੈਂ ਜਾ ਕੇ ਦੇਖਿਆ ਵੀ ਮੁੰਡੇ ਬੁਰੀ ਹਾਲਤ ਨਾਲ ਕੁੱਟ ਰਹੇ ਨੇ ਮੈਂ ਕੈਮਰਾ ਕੱਢ ਕੇ ਜੀ ਆਪਣੇ ਮੋਬਾਈਲ ਕੱਢ ਕੇ ਜੇਬ 'ਚੋਂ ਮੈਂ ਵੀਡੀਓ ਲੱਗਿਆ ਬਣਾਉਣ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਵੀ ਫੜ ਲਓ ਕਹਿੰਦਾ ਵੀ ਇਹਨੂੰ ਫੜ ਲਓ ਇਹਨੂੰ ਨਿਹੰਗ ਸਿੰਘ ਨੂੰ ਅਤੇ ਮੈਨੂੰ ਫੜ ਕੇ ਇੱਕ ਮਨੀ ਸਿੰਘ ਮੁੰਡਾ ਜੀ ਬਲਜੀਤ ਸਿੰਘ ਦਾ ਮੁੰਡਾ ਮਨੀ ਸਿੰਘ ਇੱਕ ਕਾਲੂ ਸਿੰਘ ਆ ਉਹ ਵੀ ਬਲਜੀਤ ਸਿੰਘ ਦਾ ਮੁੰਡਾ ਇੱਕ
की है नाम मिंटू मिंटू जी इन्हें तिने जने मेरे उस टाइम दाढ़ी फड़ के मैंने सीट लिया जी तो मेरी पग लत्त गई मेरे केस भी पट्टे गए तो आ मेरी दाढ़ी पट्टी गई मेरा बुरा हालत ना उन्होंने मेरी तसली करके हटे मैंने छड़ाया नहीं किसी ने जी तो इस करके भी सानू न्याय मिलना चाहिए असी ना जी असी साड़ी तो सुनी नहीं किसी ने किसी हाँ जी हाँ जी हाँ जी दस्या नहीं कोई सानू भी हाँ जी मैंने बिठा लिया बन लिया मैनू जी बिठा के रखे उ मैं दस असी कहते सू इंसाफ मिलना चाहिए जी हाँ भी साडा मुंडे क्यों कुटिया गया की कारण आ जे यदि कोई गलती सी पुलिस चौकी पेश कर दे या कोई भी गलती सानू कोई रोस नहीं दा पिंड वाले ने की अधिकार थी कुटन लैनू पुलिस चौकी चार दिन इन रखा गया उत्थे ते दर्शन दर्शन मैन सिंह प्रधान वो लेके आए ने इन्हू ना जी सानू बढ़नी सी देंदा कोई उत्थे सारे मतलब जिन्हें भी है सब गड्डिया भजाई फिरते थे हाँ जी हूँ असं डरते थे साढ़े नाल किसी ने मदद नहीं करने वाला है फिर असं प्रधान को आए जी इन्हों आके दसिया जी फिर प्रधान जी फिर गए उत्थे तीन चार चार दिन बाद लेके आए ने अज ਮਨੀ ਮੁੰਡਾ ਕੋਈ ਨਹੀਂ ਸਾਡੇ ਕੋਲ ਤਾਂ ਇਹ ਜਿਨ੍ਹਾਂ ਦਾ ਕੋਈ ਕੁੜੀ ਕਾੜੀ ਵਾਲਾ ਝਗੜਾ ਸੀਗਾ ਕੀ ਮੈਟਰ ਕੀ ਸੀ ਇਹਦਾ ਜੀ ਮੈਟਰ ਇਹ ਸੀਗਾ ਪਿੰਡ ਦੀ ਕੁੜੀ ਭੱਜੀ ਸੀਗੀ ਇਹਨਾਂ ਦੀ ਅੱਛਾ ਜੀ ਇੱਕ ਵਾਰੀ ਪਹਿਲਾਂ ਵੀ ਨਾਬਾਲਗ ਕੁੜੀ ਭੱਜੀ ਸੀਗੀ ਮੇਰੇ ਆਉਣ ਤੋਂ ਪਹਿਲਾਂ ਕਾਫੀ 12ਵੇਂ ਮਹੀਨੇ ਦੀ ਗੱਲ ਹੈ ਅੱਛਾ ਜੀ ਉਸ ਵੀ ਦਿਨ ਇਨਵੋਲਵਮੈਂਟ ਪਾਈ ਗਈ ਸੀਗੀ ਅੱਛਾ ਮੁੰਡੇ ਇਹ ਹੁਣ ਉਸ ਮੁੰਡੇ ਦੀ ਹਾਂ ਅੱਛਾ ਜੀ ਇਹ ਜਦੋਂ ਹੁਣ ਕੁੜੀ ਛੱਡ ਕੇ ਕੁੜੀ ਗਈ ਹੈ ਜਦੋਂ ਪਿੰਡ 'ਚ ਪਿੰਡ ਵਾਲੇ ਨੇ ਚੱਲ ਮੈਨੂੰ ਨੀ ਪਤਾ ਉਹਨਾਂ ਨੇ ਕਹਿੰਦੇ ਸੀ ਕੁੱਟਿਆ ਕਰਕੇ ਆਏ ਨੂੰ ਮੈਨੂੰ ਨੀ ਪਤਾ ਪਿੰਡ ਵਾਲੇ ਨੇ ਉਹਨਾਂ ਸਾਨੂੰ ਬੁਲਾਇਆ ਮੀਡੀਆ ਵਾਲਿਆਂ ਨੂੰ ਬੁਲਾਇਆ ਸੀ ਸਾਰੇ ਖੜੇ ਸੀ ਉਰੇ ਚੰਡੀਗੜ੍ਹ ਤੱਕ ਘੁੰਮਿਆ ਚੱਲ ਸਾਡੇ ਸਿਰ ਤੋਂ ਜਿੰਮੇਵਾਰੀ ਕਰਨੀ ਪੈਣੀ ਸੀ ਹਾਂਜੀ 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 ਤੇ ਉਹ ਕੁੜੀ ਦਾ ਚੱਲ ਟਰੇਸ ਹੋ ਗਈ ਸੀਗੀ ਇਨਵੋਲਵਮੈਂਟ ਹੈ ਮੁਸ਼ਕਿਲ ਹੈ ਸਮਾਜ ਚ ਰਹਿੰਦੇ ਹਾਂ ਸਮਾਜ ਚ ਨਹੀਂ ਵਧੀਆ ਲੱਗਦੀ ਵੀ ਤੁਸੀਂ ਦੋ ਕੁੜੀਆਂ ਭਜਾਉਣ ਤੇ ਤੁਹਾਡਾ ਹੱਥ ਹੈ ਤੇ ਕਿੱਥੋਂ ਤੱਕ ਦੀ ਇਹ ਚੀਜ਼ ਵਧੀਆ ਠੀਕ ਹੈ ਫਿਰ ਮੈਡਮ ਮੁੰਡੇ ਦਾ ਮੈਡੀਕਲ ਵਗੈਰਾ ਕੁਛ ਕਰਾਇਆ ਨੀ ਫਿਰ ਤੁਸੀਂ ਜਦੋਂ
ਤੁਹਾਡੇ ਵੱਲੋਂ ਕੋਈ ਹੋਇਆ ਨਹੀਂ ਕੁਝ? ਨਹੀਂ ਸਾਡੇ ਵੱਲੋਂ ਦੇਖੋ ਜਦੋਂ ਸਾਡੇ ਕੋਲ ਆਇਆ ਜਾਂ ਕੁਛ ਕਰਿਆ ਹਨਾ ਸਾਡੇ ਕੋਲ ਲੈ ਕੇ ਆਇਆ ਪਿੰਡਾਂ ਅਸੀਂ ਕੁੜੀ ਨੂੰ ਲੱਭਣ ਚਲੇ ਗਏ ਇੰਨਾ ਇੰਨਾ ਕੋਈ ਤੇ ਉਹ ਨੀ ਸੀਗੀ ਅਸੀਂ ਇਹਨੂੰ ਫਸਟ ਏਡ ਜਿਹੜੀ ਦਿੱਤੀ ਸੀਗੀ ਮਾੜਾ ਮੋਟਾ ਜਿੰਨਾ ਵੀ ਹੈਗਾ ਸੀਗਾ ਹੁਣ ਕੀ ਕਹਿੰਦੇ ਆ ਕਿੱਥੇ ਆਏ ਹੁਣ? ਨਹੀਂ ਮੈਡਮ ਇਹਦਾ ਕਹਿਣਾ ਉਰੀ ਰਿੰਦਰਾ ਚ ਸੀ ਇਹਨਾਂ ਨੇ ਮੀਡੀਆ ਸਾਰਾ ਬੁਲਾਇਆ ਪਿਆ ਸੀ ਇਹਨਾਂ ਦੇ ਤੇ ਉਹ ਕਹਿੰਦਾ ਚਾਰ ਤਿੰਨ ਕੇ ਚਾਰ ਦਿਨਾਂ ਬਾਅਦ ਤੁਸੀਂ ਜਿਹੜਾ ਥਾਣੇ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਛੱਡਿਆ ਗਿਆ
मैटर मसला नहीं है बंदा की करता मेनू भी इस चीज का मिला ला भी तेन की लोड़ पी है तू बुलाने कुड़िया अपना समाज रह जूगा की अपना सोसाइटी करूगी है ना असि किसी देखो असि किसी कुछ नहीं किया उन्होंने इन्हों का पर्सनल सिर्फ कुड़ी लगी है देखो कुड़ी अच्छी तरह कर ली है दरखास्त बनती जी होगी कारवाई कर देंगे ठीक है।